ਹੋਰ ਵੀਰੇ ਠੀਕ ਠਾਕ, ਕੀ ਨਾਂ ਤੁਹਾਡਾ ਵੀਰੇ? ਹੈ ਪ੍ਰਿੰਸ, ਪ੍ਰਿੰਸ ਵੀਰੇ ਸਤਿ ਸ੍ਰੀ ਅਕਾਲ। ਰਾਜਵਿੰਦਰ ਵੀਰੇ ਆਇਓ ਕਰਾ, ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ ਵੀਰੇ। ਤੁਸੀਂ ਵੀਡੀਓ ਭੇਜੀ ਸਾਨੂੰ, ਧੰਨਵਾਦ ਵੀਰੇ। ਇਹ ਕਦੋਂ ਤੋਂ ਦੇਖੀਏ ਭੈਣ, ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਅੱਛਾ ਭਜਾਉਂਦੇ ਸੀ ਮਾਇਕ ਦੇ ਵੀਰੇ ਨੂੰ? ਅੱਛਾ ਜੀ, ਇਹ ਸਵੇਰੇ ਇੱਥੇ ਬੈਠੇ ਜੀ, ਆਪਾਂ ਨੂੰ ਇਹ ਦੇਖਿਆ ਪਿੱਛੋਂ ਵੀ ਅੱਧ ਨੰਗਾ ਜਿਹਾ ਥੋੜਾ ਜਿਹਾ ਲੱਗਿਆ ਆਪਾਂ ਨੂੰ, ਤੇ ਮੈਂ ਤੁਹਾਡਾ ਨੰਬਰ ਕੱਢਿਆ ਤੇ ਮੈਂ ਕਿਹਾ ਬਾਈ ਜੀ ਹੁਣਾਂ ਦੇ ਕੰਮ, ਬਾਈ ਜੀ ਹੁਣਾਂ ਦਾ ਹੀ ਆ ਜੀ, ਬਾਈ ਜੀ ਹੁਣਾਂ ਨੂੰ ਫੋਨ ਕਰੀਏ। ਕੁਛ ਦੱਸਦੀ ਆ ਭੈਣ? ਹਾਂ, ਇਹ ਕਹਿੰਦੇ ਮੈਂ ਹੈਦਰਾਬਾਦ ਤੋਂ ਆ, ਮੈਂ ਵੀਡੀਓ ਵੀ ਬਣਾਈ ਹੋਈ ਆ, ਬੈਠਣ ਨੂੰ ਲੈ ਕੱਢੀ ਮੈਂ ਵੀਡੀਓ ਬਣਾ ਕੇ। ਸਤਿ ਸ੍ਰੀ ਅਕਾਲ, ਬਣਾ ਲਈ ਵੀਡੀਓ 1000 ਰੁਪਏ ਲੇਗੀ? ਕਿਆ ਕਰੇਗੀ 1000 ਰੁਪਏ? ਕਹਾਂ ਜਾਏਗੀ? ਹੈਦਰਾਬਾਦ ਚਲੇ ਜਾਤੀ। ਅੱਛਾ ਬੇਟਾ ਦੇ ਦਿੱਤੇ ਦੀਦੀ ਪੈਸਾ। ਦੀਦੀ ਤੁਹਾਡਾ ਨਾਮ ਕਿਆ ਹੈ? ਅਤੀਜਾ ਹੈ। ਅਤੀਜਾ ਖਾਨ? ਅਤੀਜਾ ਹੈ। ਤੁਹਾਡੇ ਸ਼ੋਹਰ ਕਾ ਨਾਮ ਕਿਆ ਹੈ? ਹਮਾਰੇ ਸ਼ੋਹਰ ਕਾ ਨਾਮ ਜੁਗਨੂ ਹੈ। ਜੁਗਨੂ, ਔਰ ਤੁਹਾਡੇ ਵਾਲਿਦ ਕਾ ਨਾਮ ਕਿਆ ਹੈ? ਵਾਲਿਦ ਕਾ ਨਾਮ ਤਾਂ ਨਹੀਂ ਮਾਲੂਮ ਮੇਰੇ ਕੋ। ਕਲਮਾ ਪੜ੍ਹਨਾ ਆਤਾ ਤੇਰੇ ਕੋ? ਨਹੀਂ ਆਤਾ ਬੇਟਾ ਮੇਰੇ ਕੋ, ਨਹੀਂ ਆਤਾ ਬੇਟਾ ਮੇਰੇ ਕੋ। ਵਾਹਿਗੁਰੂ 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 ਕਹਿ ਵਾਹਿਗੁਰੂ ਅਤੀਜਾ ਖਤੀਜਾ ਖਤੀਜਾ ਵਾਹਿਗੁਰੂ ਅਤੀਜਾ ਹੈ ਨਾਮ ਮੇਰਾ ਖਤੀਜਾ ਅਤੀਜਾ ਹੈ ਨਹੀਂ ਵਾਹਿਗੁਰੂ ਖਤੀਜਾ ਹੈ ਮੇਰਾ ਨਾਮ ਵਾਹਿਗੁਰੂ ਕੈਸਾ ਨਹੀਂ ਚਾਹੀਏ ਭੇਜ ਦੇਂਗੇ ਹੈਦਰਾਬਾਦ ਕੌਣ ਸੇ ਮਹੱਲੇ ਮੈਂ ਜਾਣਾ ਹੈ? ਸਿਕੰਦਰਾਬਾਦ ਭੇਜ ਦੇ। ਹਾਂ ਭੇਜ ਦੇ, ਔਰ ਪੈਸਾ ਦੇ ਦੂ ਇੱਕ ਵਾਰ। ਟਿਕਟ ਤੋਂ ਜ਼ਿਆਦਾ ਲੱਗੇਗਾ ਨਾ? ਕਿਤਨਾ ਲੱਗੇਗਾ ਟਿਕਟ ਦੀ? 1000 ਰੁਪਏ ਲੱਗੇਗਾ, 1000 ਰੁਪਏ ਕਾ ਟਿਕਟ ਲੱਗੇਗਾ। ਤੋ ਫਿਰ ਆਗੇ ਜਾ ਕੇ ਇਤਨਾ ਭਾੜਾ ਤੋ ਔਰ ਵੀ ਚਾਹੀਏ ਹੋਗਾ ਫਿਰ ਤੇਰੇ ਕੋਲ। ਦੀਦੀ ਔਰ ਚਾਹੀਏ? ਦੀਦੀ ਕਿਤਨਾ ਲੱਗੇਗਾ? 1000 ਰੁਪਏ ਲੱਗਤੇ ਬੇਟਾ। ਮੈਂ ਜੇ ਕਿਤਨਾ ਹੈ? ਜੇ ਕਿਤਨਾ ਹੈ? 200 ਹੈ। 200 ਹੈ ਜੇ? ਦੇਖੋ ਕਿਤਨਾ ਹੈ? 300 ਹੋ ਗਏ। ਜੇ ਦੀਦੀ 400 ਹੋ ਤੇ 400 ਜੇ ਦੀਦੀ ਕਿਤਨੇ ਕਾ ਨੋਟ ਹੈ? 50 ਕੀ ਹੈ? ਜੇ 50 ਕਾ ਨੋਟ ਹੈ? 20 ਕਾ ਹੈ? 20 ਕੀ ਨੋਟ ਹੋਗੀ? ਨਹੀਂ ਨਹੀਂ, 50 ਕਾ 20 ਕਾ ਬਤਾਓ ਕਿ ਬੇਟਾ ਮੇਰੇ ਕੋ ਨਹੀਂ ਮਾਲੂਮ। ਪਾਓ ਪਰਚੇ ਨਹੀਂ ਨਹੀਂ, ਪਾਓ ਕੋ ਹੱਥ ਨਹੀਂ ਲਗਾ। ਕਿਤਨਾ ਕਿਤਨਾ ਪੜ੍ਹੀ ਹੈ ਦੀਦੀ ਤੂੰ? ਇੱਥੇ ਪੈਸੇ ਹੈ ਕਿ ਮੈਂ ਅਨਪੜ੍ਹ ਹੂੰ ਬੇਟਾ, ਮੇਰੇ ਕੋ ਨਹੀਂ ਆਤੀ ਪੜ੍ਹਾਈ, ਮੇਰੇ ਕੋ ਪੜ੍ਹਾਈ ਨਹੀਂ ਆਤੀ ਬੇਟਾ। ਥੋੜਾ ਵੀਰੇ ਰਸ਼ ਘਟਾ ਦੋ ਪਲੀਜ਼, ਥੋੜਾ ਡਰ ਰਹੇ ਪਲੀਜ਼। ਇਧਰਲੇ ਪਾਸੇ ਆ ਜਾਓ ਸਾਰੇ, ਇਧਰਲੇ ਆ ਜਾਓ, ਥੋੜਾ ਘਟਾ ਦੋ ਰਸ਼, ਇਧਰਲੇ ਪਾਇਆ ਜਾ ਵੀਰੇ, ਇਧਰ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ, ਤੁਸੀਂ ਵੀ ਇਧਰ ਆ ਜਾਓ, ਇਧਰ ਆ ਜਾਓ ਵੀਰੇ, ਇਧਰ ਆ ਜਾਓ। ਚਲੋ ਭੈਣੇ ਤੂੰ ਜਾਣਾ ਬੱਸ ਚੜਾ ਦਈਏ ਤੈਨੂੰ ਹੈਦਰਾਬਾਦ ਵਾਲੀ, ਇੱਥੋਂ ਬਸ ਵੀਰੇ। ਹੋਰ ਨੀ ਚਾਹੀਦੇ ਪੈਸੇ, ਨਾ ਦਿਓ, ਮੈਂ ਤਾਂ ਮੈਸੇਜ ਉਹਨੂੰ ਗੱਲ ਕਰਨ ਲਈ ਦੇ ਰਿਹਾ ਮੈਂ। ਹਾਂ ਕੋਈ ਨਾ ਕੋਈ ਨਾ ਕੋਈ ਨਾ ਵੀਰੇ ਕੋਈ। ਹੈ ਭੈਣੇ, ਹੈਦਰਾਬਾਦ ਕੇ ਲਈ ਟ੍ਰੇਨ ਚਲੇਗੀ ਜਾਂ ਬੱਸ ਚਲੇਗੀ? ਬੱਸ ਚੜੂਗੀ ਬੇਟਾ ਮੈਂ। ਨਹੀਂ ਟ੍ਰੇਨ ਚਲੇਗੀ, ਬੱਸ ਚੜੇਗੀ ਜਾਂ ਤੇ ਸਿੱਧੀ ਹੈਦਰਾਬਾਦ ਤੋਂ ਬੱਸ ਜਾਤੀ? ਨਹੀਂ ਹੈਦਰਾਬਾਦ ਚਲੇ ਜਾਤੀ। ਨਹੀਂ ਇੱਧਰ ਸੇ ਸਿੱਧਾ ਬੱਸ ਨਹੀਂ ਜਾਤਾ ਨਾ? ਬੱਸ ਨਹੀਂ ਜਾਤੀ ਤੋ ਮੈਂ ਆਟੋ ਸੇ ਚਲ ਜਾਤੀ ਬੇਟਾ। ਹਾਂ ਆਟੋ ਸੇ ਚਲ ਜਾਤਾ, ਪਖਾਨਾ ਨਿਕਲ ਗਿਆ ਮੇਰਾ। ਪਖਾਨਾ ਨਿਕਲ ਗਿਆ? ਬੀਚ ਮੇ ਨਿਕਲ ਜਾਤਾ ਪਖਾਨਾ? ਹਾਂ ਨਿਕਲ ਜਾਤਾ ਬੇਟਾ, ਪੈਸੇ ਤੋ ਆਤੀ ਹੈ। ਤੇਰਾ ਬਾਲ ਕਟਾ ਦਿਆ? ਹਾਂ ਬਾਲ ਕਟਾ ਦਿਆ ਬੇਟਾ, ਮੈਂ ਜਾਤੀ ਹੂੰ ਤੁਮਹਾਰੇ ਹੱਥ ਜੋੜਤੀ ਹੂੰ। ਤੁਮਹਾਰਾ ਨਾਮ ਖਤੀਜਾ ਹੈ ਕਿਆ ਬੋਲਾ ਤੂਨੇ? ਹਾਂ ਖਤੀਜਾ ਹੈ ਮੇਰਾ ਨਾਮ। ਖਤੀਜਾ? ਹਾਂ ਚਲ ਜਾਣਾ ਮੈਂ, ਛੱਡ ਦੇ ਦੇਣਾ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਲੁਧਿਆਣੇ ਅੰਤਰਰਾਸ਼ਟਰੀ
ਅੰਤਰਰਾਜੀ ਬੱਸ ਅੱਡਾ ਸਾਹਮਣੇ ਤੁਸੀਂ ਪੜ੍ਹ ਰਹੇ ਹੋ ਲੁਧਿਆਣੇ ਤੇ ਇਹਦੇ ਬਾਹਰ ਨਹੀਂ ਵੀਰੇ ਬੱਸ ਹੋਰ ਨਾ ਪੈਸੇ ਦਿਓ ਪਲੀਜ਼ ਹੋਰ ਨਾ ਦਿਓ ਤੇ ਇਸ ਭੈਣ ਦੀ ਤੁਸੀਂ ਹਾਲਤ ਦੇਖੋ ਇਸ ਭੈਣ ਦੇ ਨਾਲ ਕੀ ਦੁਰਗਤੀ ਹੁੰਦੀ ਹੋਊਗੀ ਇਹ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜੀ ਸਾਨੂੰ ਵੀਰੇ ਨੇ ਰਵਿੰਦਰ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸੀਗੀ ਆ ਚੱਕ ਦੇ ਪੁੱਤ ਉਹ ਅਰਧ ਨਗਨ ਹਾਲਤ ਦੇ ਵਿੱਚ ਸੀਗੀ ਭੈਣ ਇਹਦੀ ਭੈਣ ਦੀ ਕੱਲ ਵੀਡੀਓ ਸਾਨੂੰ ਆਈ ਓਸਵਾਲ ਹਸਪੀਟਲ ਦੇ ਬਾਹਰ ਬੈਠੀ ਸੀ ਭੈਣ ਇਹ ਉਹ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਉਹਦੇ ਵਿੱਚ ਬਿਲਕੁਲ ਨਗਨ ਅਵਸਥਾ ਚ ਬੈਠੀ ਸੀ ਇਹ ਭੈਣ ਜਦੋਂ ਅਸੀਂ ਉੱਥੇ ਪਹੁੰਚੇ ਸਾਡੇ ਟੀਮ ਦੇ ਮੈਂਬਰ ਉੱਥੋਂ ਸਾਨੂੰ ਮਿਲੀ ਨਹੀਂ ਉੱਥੋਂ ਇਹ ਭੈਣ ਜਾ ਚੁੱਕੀ ਸੀਗੀ ਕੱਲ ਸ਼ਾਮ ਤੱਕਰ ਵੀ ਸਾਡੇ ਟੀਮ ਦੇ ਮੈਂਬਰ ਇਹਨੂੰ ਆਸੇ ਪਾਸੇ ਦੇਖਦੇ ਰਹੇ ਵੀ ਸ਼ਹਿਰ ਕਿਤੋਂ ਮਿਲ ਜਾਵੇ ਭੈਣ ਪਰ ਨਹੀਂ ਮਿਲੀ ਤਾਂ ਅੱਜ ਹੁਣ ਸਾਨੂੰ ਵੀਡੀਓ ਆਉਂਦੀ ਆ ਵੀ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਬੈਠੀ ਆ ਭੈਣ ਇਹ ਵੀਰੇ ਵੱਲੋਂ ਭੇਜੀ ਗਈ ਵੀਡੀਓ ਰਜਿੰਦਰ ਵੀਰੇ ਵੱਲੋਂ ਤਾਂ ਅਸੀਂ ਤੁਰੰਤ ਜਦ ਸਾਡੇ ਟੀਮ ਮੈਂਬਰਾਂ ਨੂੰ ਲੈ ਕੇ ਹਰਜੀਤ ਭੈਣ ਤੇ ਸਾਡੀ ਨਵਦੀਪ ਭੈਣ ਨੂੰ ਅਸੀਂ ਇੱਥੇ ਪਹੁੰਚੇ ਆ ਇਹ ਭੈਣ ਆਪਣਾ ਨਾਂ ਕੱਟ ਜਾ ਦੱਸਦੀ ਆ ਗੱਲਬਾਤ ਦੇ ਲਹਿਜੇ ਤੋਂ ਲੱਗਦਾ ਜਿਵੇਂ ਸ਼ਹਿਰ ਦੇ ਭੈਣ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਜਿੱਦਾਂ ਇਹਨਾਂ ਨੇ ਨਾਮ ਦੱਸਿਆ ਵਾ ਆਪਣੇ ਪਤੀ ਦਾ ਨਾਂ ਜੁਗਨੂ ਦੱਸਦੇ ਆ ਪਲੀਜ਼ ਜੇ ਕੋਈ ਪਹਿਚਾਣਦਾ ਇਹਨਾਂ ਨੂੰ ਜੇ ਕੋਈ ਜਾਣਦਾ ਇਹਨਾਂ ਨੂੰ ਤਾਂ ਸੰਪਰਕ ਕਰੋ ਸਾਡੇ ਨੰਬਰ ਦਿੱਤੇ ਹੋਏ ਆ ਪੇਜ ਦੇ ਉੱਪਰ ਯੰਗ ਆ ਕੁੜੀ ਪੜ੍ਹੀ ਲਿਖੀ ਵੀ ਲੱਗਦੀ ਹੈ ਸਮਝਦਾਰ ਵੀ ਮੈਂਟਲੀ ਠੀਕ ਨਹੀਂ ਹੈਗੀ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਦੀ ਸੜਕਾਂ ਤੇ ਕੀ ਦੁਰਗਤੀ ਹੁੰਦੀ ਆ ਕਿੱਦਾਂ ਕਿੱਦਾਂ ਦਾ ਇਹਨਾਂ ਨੂੰ ਹਵਾਨ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਅਸੀਂ ਅਕਸਰ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ ਨਿਊਜ਼ ਪੇਪਰਾਂ ਰਾਹੀਂ ਨਿਊਜ਼ ਚੈਨਲਾਂ ਰਾਹੀਂ ਸੁਣਦੇ ਹਾਂ ਦੇਖਦੇ ਹਾਂ ਜਦੋਂ ਰਾਤ ਦਾ ਅੰਧੇਰਾ ਹੁੰਦਾ ਉਹ ਗਿੱਧ ਨੋਚ ਨੋਚ ਕੇ ਖਾਂਦੇ ਨੇ ਉਹ ਭੇੜੀਏ ਨੋਚ ਨੋਚ ਕੇ ਖਾਂਦੇ ਨੇ ਇੱਦਾਂ ਦੀਆਂ ਭੈਣਾਂ ਨੂੰ ਇਸ ਭੈਣ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਹੋਵੇ ਆਪਣੇ ਪਰਿਵਾਰ ਦੇ ਵਿੱਚ ਬਤੀਤ ਹੋਵੇ ਉਹਦੇ ਲਈ ਪਲੀਜ਼ ਅਰਦਾਸ ਵੀ ਕਰਿਓ ਉਹ ਮਿਹਰ ਕਰੇ ਉਹ ਅੱਲਾ ਉਹ ਰਾਮ ਵਾਹਿਗੁਰੂ ਭਗਵਾਨ ਇਹ ਭੈਣ ਆਪਣਿਆਂ ਤੱਕਰ ਪਹੁੰਚ ਸਕੇ ਆਪਣੇ ਬੱਚਿਆਂ ਤੱਕਰ ਆਪਣੇ ਮਾਂ ਬਾਪ ਆਪਣੇ ਪਰਿਵਾਰ ਤੱਕਰ ਪਹੁੰਚ ਸਕੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਕਟੀਜਾ ਹਮ ਤੇਰੇ ਕੋ ਇਧਰ ਗਾੜੀ ਮੈਂ ਨਾ ਛੋੜ ਦਿੱਤੇ ਹੈ ਦੇਖੋ ਜੀ ਗਾੜੀ ਚਲੋ ਬੈਠੋ ਉੱਠੋ ਉੱਠੋ ਦੀਦੀ ਉੱਠੋ ਉੱਠ ਕੇ ਕੋਈ ਨਾ ਕੋਈ ਤੁਰਦੀ ਖਿੱਚ ਲਾ ਤੂੰ ਖਿੱਚ ਲਾ ਤੂੰ ਖਿੱਚ ਲਾ ਚੱਕ ਲਾ ਮੂਹਰੇ ਲੈ ਆਓ ਚੱਕ ਕੇ ਨਹੀਂ ਨਹੀਂ ਕੋਈ ਨਾ ਇਹਨੂੰ ਨੀ ਚੱਕਣਾ ਮੈਂ ਉਹ ਬੋਰੀ ਦੀ ਗੱਲ ਕਰ ਲਾ ਦੇਖੋ ਕਿਵੇਂ ਜ਼ਮੀਨ ਦੇ ਉੱਤੇ ਰੇਂਗ ਰੇਂਗ ਕੇ ਚੱਲਦੀ ਹੈ ਭੈਣ ਦੇਖੋ ਇਹਦੇ ਪੈਰ ਵੀ ਕਿੱਦਾਂ ਹੋਏ ਪਏ ਆ ਪੈਰਾਂ ਦੇ ਨੌ ਦੇਖੋ ਕਿੱਡੇ ਕਿੱਡੇ ਲੰਬੇ ਹੋਏ ਪਏ ਆ ਹਾਂ ਪਿੱਛੇ ਸੇ ਪਿੱਛੇ ਸੇ ਦੀਦੀ ਪਿੱਛੇ ਸੇ ਤੇ ਇਹ ਦਿਖਦੀ ਨੀ ਨਾ ਪ੍ਰਸ਼ਾਸਨ ਨੂੰ ਇਹ ਦਿਖਦੀ ਨੀ ਨਾ ਸਿਸਟਮ ਨੂੰ ਇਹਦੇ ਲਈ ਕੋਈ ਇੰਤਜ਼ਾਮ ਨੀ
ਕੋਈ ਨਾਈਟ ਸ਼ੈਲਟਰ ਨਹੀਂ, ਕੋਈ ਪ੍ਰਬੰਧ ਨਹੀਂ। ਇਹਨਾਂ ਭੈਣਾਂ ਦੀ ਸਾਡੀਆਂ ਦੀ ਜਿਹੜੀ ਬੇਪੱਤੀ ਹੁੰਦੀ ਆ ਉਹਦਾ ਕੋਈ ਮੁੱਲ ਨਹੀਂ, ਉਹਦਾ ਕੋਈ ਦੇਣਦਾਰ ਨਹੀਂ, ਕੋਈ ਦੇਖਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਜਿਉਂਦੇ ਜੀ ਕੋਈ ਵੈਲਿਊ ਨਹੀਂ ਇਹਦੀ। ਮਰਨ ਤੋਂ ਬਾਅਦ ਤੇਰੀ ਬਾਡੀ ਨੂੰ ਲੈ ਜਾਣਗੇ ਚੱਕ ਕੇ ਕੋਈ ਨਾ ਕੋਈ ਆ ਕੇ ਮਿਊਨਿਸਪਲ ਕਮੇਟੀ ਦੀ ਗੱਡੀ, ਪਰ ਜਿਉਂਦੀ ਨੂੰ ਚੱਕਣ ਵਾਲਾ ਕੋਈ ਨਹੀਂ ਇਸ ਭੈਣ ਨੂੰ ਸਾਡੇ। ਭੈਣੇ ਕੀ ਨਾਮ ਦੱਸਿਆ ਤੂੰ ਆਪਣਾ? ਖਤੀਜਾ ਹੈ ਮੇਰਾ ਨਾਮ। ਖਤੀਜਾ, ਖਤੀਜਾ ਕਾ ਔਰ ਪਤੀ ਕਾ ਨਾਮ ਕਿਆ ਹੈ? ਜੁਗਨੂ ਹੈ ਮੇਰਾ। ਜੁਗਨੂ, ਔਰ ਬੱਚੇ ਹੈ? ਦੋ ਬੱਚੇ ਹੈ। ਕਿਆ ਨਾਮ ਹੈ ਬੇਟੇ ਕਾ? ਬੇਟੇ ਕਾ ਨਾਮ ਕਿਆ ਹੈ ਕਿ ਨਹੀਂ ਮਾਲੂਮ। ਬੇਟੀ ਕਾ? ਬੇਟੀ ਕਾ ਆਫਰੀਨ। ਬੇਟੀ ਕਾ ਨਾਮ ਤਾਂ ਪਤਾ ਹੈ ਨਾ? ਬੇਟੀ ਕਾ ਨਾਮ ਆਫਰੀਨ ਹੈ। ਆਫਰੀਨ, ਅਰੇ ਆਫਰੀਨ ਕਿਤਨੀ ਬੜੀ ਆਫਰੀਨ? ਇਤਨੀ ਬੜੀ ਹੈ ਆਫਰੀਨ? ਸਕੂਲ ਜਾਤੀ ਹੈ? ਔਰ ਬੇਟਾ? ਬੇਟਾ ਇਨਕੇ ਹੋਤਾ ਹੈ। ਇਨਕੇ ਜਾਤਾ ਹੈ। ਔਰ ਤੁਹਾਰੇ ਪਤੀ ਕਿਆ ਕਰਤੇ ਹੈ? ਸ਼ੋਹਰ ਕਾ ਕਾਮ ਕਰਤੇ ਬੇਟਾ। ਕਿਆ? ਚੂਨਾ ਡਾਲਤੇ ਬੇਟਾ। ਚੂਨਾ ਡਾਲਤੇ ਹੈ? ਹਾਂ, ਚੂਨਾ ਡਾਲਤੇ ਕਲਰ। ਔਰ ਤੁਹਾਰੇ ਅੱਬੂ? ਅੱਬਾ ਨਹੀਂ ਹੈ, ਮਰ ਗਏ। ਮਰ ਗਏ ਅੱਬਾ? ਅੰਮੀ ਮਰ ਗਏ, ਅੰਮੀ ਵੀ ਮਰ ਗਏ। ਔਰ ਸਸੁਰਾਲ ਮੇ? ਸਸੁਰਾਲ ਮੇ ਬੋਰਾ ਬੰਡਾ ਰਹਤੀ ਮੈਂ। ਹੈ? ਕਹਾਂ ਪੇ ਤੇਰਾ ਮਾਇਕਾ ਕਹਾਂ ਪੇ ਦੀਦੀ? ਬੋਰਾ ਬੰਡਾ। ਬੋਰਾ ਬੰਡਾ। ਔਰ ਸ਼ਾਦੀ ਕਹਾਂ ਹੋਏ ਤੁਹਾਰਾ? ਸ਼ਾਦੀ ਕਿਆ ਹੈ ਕਿ ਨਹੀਂ ਮਾਲੂਮ। ਨਿਕਾਹ ਕਹਾਂ ਹੁਆ? ਨਿਕਾਹ ਕਾਵਲ ਤਾਂ ਸ਼ਾਦੀ ਖਾਨੇ ਮੇ ਹੁਆ ਸ਼ਾਦ ਬੇਟਾ ਮੇਰੇ। ਸ਼ਾਦੀ ਖਾਨੇ ਮੇ ਹੁਆ ਥਾ? ਮੇਰੇ ਕੋ ਨਹੀਂ। ਕੌਣ ਸੇ ਸ਼ਹਿਰ ਮੇ ਹੁਆ ਥਾ? ਕਿਆ ਹੈ ਕਿ ਨਹੀਂ ਮਾਲੂਮ। ਸ਼ਹਿਰ ਕੌਣ ਸਾ ਥਾ? ਹੈਦਰਾਬਾਦ ਬੇਟਾ। ਹੈਦਰਾਬਾਦ? ਹਾਂ। ਨਾ ਛੋੜ ਦੇ ਤਾ ਨਾ ਮੇਰੇ। ਠੀਕ ਹੈ, ਛੋੜ ਦੇਗੇ, ਛੋੜ ਦੇਗੇ, ਛੋੜ ਦੇ ਆ ਮੈਂ ਤਾਰੇ ਕੋ ਨਾ ਪਾਉਂ ਪੜ। ਨਹੀਂ, ਕਹੀ ਜਾਂਦੀ ਹੈ ਮੇਰੇ ਕੋ ਛੋੜ ਦੋ, ਮੇਰੇ ਘਰ ਪੇ ਹੈਦਰਾਬਾਦ ਛੋੜ ਦੋ, ਮੈਂ ਤੁਹਾਰੇ ਪਾਉਂ ਪੜ। ਇੱਕ ਮਿੰਟ ਚ ਰੁੜ ਕੇ ਆ ਕੇ ਗੱਡੀ ਚ ਬੈਠ ਗਈ। ਦੇਖੋ ਅਣਜਾਣ ਬੰਦਿਆਂ ਦੇ ਨਾਲ ਬੈਠਣਾ ਤੇ ਕਿੰਨੀ ਕ ਤਕਲੀਫ ਚ ਹੋ, ਕਿੰਨੀ ਕ ਦੁਖੀ ਹੋ ਵਿਚਾਰੀ ਜਿਹੜੀ ਫਟਾਫਟ ਜੇ ਮਾੜਾ ਜਿਹਾ ਸਹਾਰਾ ਮਿਲਿਆ ਜਦੋਂ ਹੀ ਬੈਠ ਗਈ ਆ ਕੇ, ਨਹੀਂ ਤਾਂ ਸਾਤੋਂ ਵੀ ਡਰ ਸਕਦੀ, ਜਿੱਦ ਕਰਦੀ ਮੈਂ ਨੀ ਜਾਣਾ, ਮੈਨੂੰ ਕਿੱਥੇ ਲੈ ਚੱਲੇ ਹੋ। ਕਿਉਂਕਿ ਉਹਨੂੰ ਕਿਤੇ ਨਾ ਕਿਤੇ ਪਤਾ ਵੀ ਜੋ ਮੇਰੇ ਨਾਲ ਹੋ ਰਿਹਾ ਉਹਦੇ ਨਾਲ ਤਾਂ ਕੁਛ ਚੰਗੇ ਹੀ ਹੋਣਗੇ। ਜੋ ਮੇਰੀ ਦੁਰਦਸ਼ਾ ਕਰਦੇ ਨੇ ਉਸ ਤੋਂ ਵੱਧ ਤਾਂ ਨੀ ਮੇਰੇ ਨਾਲ ਕੋਈ ਕਰ ਸਕਦਾ। ਇਸੇ ਕਰਕੇ ਭੈਣ ਬਾਹਾਂ ਤੇ ਹੱਥਾਂ ਨਾਲ ਰੁੜਦੀ ਰੁੜਦੀ ਆ ਕੇ ਗੱਡੀ ਚ ਬੈਠ ਗਈ। ਥੱਲੇ ਦੀ ਇੱਕ ਪਜਾਮੀ ਪਾਈ ਹੈ ਜਿਹੜੀ ਬਾਡੀ ਵਾਰਮਰ ਹੁੰਦਾ ਵਾ, ਉੱਪਰ ਦੀ ਇੱਕ ਟੀ ਸ਼ਰਟ ਪਾਈ ਹੈ ਪਤਲੀ ਜੀ। ਠੰਡ ਆ, ਪੈਰਾਂ ਤੋਂ ਵੀ ਸਿਰ ਤੋਂ ਵੀ ਨੰਗੀ ਆ ਭੈਣ। ਇਹ ਭੈਣ ਰੋਣਾ ਨਹੀਂ ਹੈ ਦੀਦੀ, ਰੋਣਾ ਹਮ ਤੁਹਾਰੇ ਭਾਈ ਹੈ, ਹਮ ਭਾਈ ਹੈ ਤੁਹਾਰੇ ਭਾਈ। ਜੇ ਦੀਦੀ ਹੈ ਬੜੀ ਵਾਲੀ ਜੇ ਛੋਟੀ ਵਾਲੀ ਦੀਦੀ ਹੈ, ਹਮ ਤੁਹਾਰੇ ਭਾਈ ਹੈ, ਠੀਕ ਹੈ। ਤੂੰ ਬਹਿਨ ਹੈ ਹਮਾਰੀ, ਅੱਲਾ ਤਾਲਾ ਮਿਹਰ ਕਰੇਂਗੇ, ਅੱਲਾ ਤਾਲਾ ਮਿਹਰ ਕਰੇਂਗੇ ਦੀਦੀ। ਰੋਣਾ ਨਹੀਂ ਹੈ, ਰੋਣਾ ਨਹੀਂ ਹੈ ਦੀਦੀ। ਬਹੁਤ ਲੋਕ ਪਰੇਸ਼ਾਨ ਕਰਦੇ ਸੀ, ਡੋਰ ਲਗਾ ਦੇ, ਲਗਾ ਲੈਤੇ ਦਰਵਾਜ਼ੇ। ਰੋਣਾ ਨਹੀਂ ਹੈ, ਰੋਣਾ ਨਹੀਂ ਹੈ ਦੀਦੀ। ਤੂੰ ਮੇਰੀ ਛੋਟੀ ਭੈਣ ਹੈ, ਤੂੰ ਮੇਰੀ ਦੀਦੀ ਹੈ। ਰੋਣਾ ਨਹੀਂ ਹੈ ਦੀਦੀ, ਰੋਣਾ ਨਹੀਂ ਹੈ, ਰੋਣਾ ਨਹੀਂ ਹੈ ਮੇਰੀ ਭੈਣ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬਾਂ ਅਪਾਰ ਸਤਿਗੁਰ ਸਤਿ ਸੱਚ ਨਾਨਕ ਵਸੀ ਜੀ ਸੱਚ। ਮਹਾਰਾਜ ਮਿਹਰ ਕਰਿਓ ਮੇਰੀ ਭੈਣ ਤੇ, ਅੱਲਾ ਤਾਲਾ ਮਿਹਰ ਕਰਿਓ ਮੇਰੀ ਛੋਟੀ ਭੈਣ ਤੇ, ਇਹਦਾ ਘਰ ਲੱਭ ਜੇ ਮੇਰੀ ਭੈਣ ਦਾ, ਸ਼ਿਵ ਜੀ ਹੈ ਨਾ, ਘਰ ਜਾਏਗੀ ਅਫਰੀਨ ਕੇ ਪਾਸ, ਹੈ ਨਾ ਅਫਰੀਨ, ਅਫਰੀਨ ਬੇਟੀ ਕਾ ਨਾਮ ਹੈ ਨਾ, ਅਫਰੀਨ ਕੇ ਪਾਸ ਜਾਏਗੇ। ਡੋਰ ਲਗਾ ਦੇ, ਦੇਖੋ ਅੰਗਰੇਜ਼ੀ ਦੇ ਵਿੱਚ ਕਹਿ ਰਹੀ ਆ ਨਾ ਵੀ ਡੋਰ ਲਗਾ ਦੋ, ਦਰਵਾਜ਼ਾ ਨੀ ਕਹਿ ਰਹੀ। ਹਾਂਜੀ ਠੀਕ ਆ, ਠੀਕ ਆ ਬਾਈ, ਠੀਕ ਆ।
ਤੇ ਪੜ੍ਹੀ ਲਿਖੀ ਆ ਭੈਣ ਹੈ ਨਾ, ਕਹਿੰਦੀ ਡੋਰ ਲਗਾ ਦੋ, ਪਰ ਪਤਾ ਨੀ ਉਹ ਦਰਵਾਜ਼ੇ ਕਿੱਥੇ ਆ, ਉਹ ਡੋਰਾਂ ਕਿੱਥੇ ਨੇ ਜਿਹੜੀਆਂ ਇਹਦੇ ਲਈ ਬਣੀਆਂ ਹੋਈਆਂ, ਪਤਾ ਨੀ ਉਹ ਆਲਣਾ ਕਿੱਥੇ ਆ ਜਿਹਦੀ ਇਹ ਮਾਲਕ ਸੀ, ਜਿਹਦੀ ਇਹ ਬਸਿੰਦਾ ਵਾ, ਜਿਹੜੇ ਆਲਣੇ ਚ ਇਹ ਵਿਆਹ ਕੇ ਆਈ ਸੀ ਜਾਂ ਜਿਹੜੇ ਆਲਣੇ ਦੇ ਵਿੱਚ ਇਹ ਜੰਮੀ ਸੀ, ਉਸ ਆਲਣੇ ਤੱਕਰ ਪਹੁੰਚਾਉਣ ਦੇ ਲਈ ਵੀਡੀਓ ਨੂੰ ਸ਼ੇਅਰ ਕਰੋ, ਉਸ ਘਰ ਨੂੰ ਲੱਭਣ ਲਈ, ਉਸ ਪਰਿਵਾਰ ਨੂੰ ਲੱਭਣ ਲਈ ਜਿਹਦੇ ਵਿੱਚ ਆਪਣੀ ਬੇਟੀ ਦਾ ਨਾਂ ਅਫਰੀਨ ਦੱਸਦੀ ਹੈ ਭੈਣ, ਅਫਰੀਨ ਤੱਕਰ ਲੈ ਕੇ ਜਾਣ ਲਈ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ, ਆਪਣੇ ਆਸ ਪਾਸ ਖਿਆਲ ਰੱਖਿਆ ਕਰੋ। ਜਿੱਦਾਂ ਇਹਨਾਂ ਵੀਰਾਂ ਨੇ ਜ਼ਿੰਮੇਵਾਰੀ ਸਮਝਦੇ ਆ, ਦੇਖੋ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਤਾਂ ਪਾ ਹੀ ਸਕਦੇ ਆ ਨਾ, ਹੋਰ ਨੀ ਕੁਛ ਕਰ ਸਕਦੇ ਆਪਾਂ। ਤੁਹਾਡੇ ਕੋਲੇ ਹਰੇਕ ਦੀ ਜੇਬ ਦੇ ਵਿੱਚ ਇੱਕ ਚੈਨਲ ਆ, ਅੱਜ ਤੱਕ ਚੈਨਲ ਵਰਗਾ ਚੈਨਲ ਆ, ਤੁਸੀਂ ਘੱਟੋ ਘੱਟ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਤਾਂ ਪਾਓ ਨਾ, ਕੋਈ ਨਾ ਕੋਈ ਆਪੇ ਸੁਣ ਲੈਂਦਾ, ਕੋਈ ਕਬਰਾਂ ਕਿਹਦੀ ਮਹਾਰਾਜ ਨੇ ਕਦੋਂ ਕਿੱਥੇ ਸੁਣ ਲੈਣੀ ਆ। ਇਹਨਾਂ ਵੀਰਾਂ ਨੇ ਅੱਜ ਉਪਰਾਲਾ ਕੀਤਾ, ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੇਵਾ ਬਖਸ਼ਤੀ। ਧੰਨਵਾਦ ਆ ਬਾਈ ਦਾ, ਅਰਦਾਸ ਕਰਿਓ ਅਸੀਂ ਇਸ ਭੈਣ ਦੀ ਸੇਵਾ ਸੰਭਾਲ ਕਰ ਸਕੀਏ, ਇਸ ਭੈਣ ਨੂੰ ਇਹਦੇ ਆਪਣਿਆਂ ਤੱਕ ਪਹੁੰਚਾ ਸਕੀਏ। ਇਹ ਸਾਡਾ ਠੀਕ ਆ ਬਾਈ, ਸ਼ੁਕਰੀਆ ਬਾਈ। ਤੁਸੀਂ ਵੀ ਆਟੋ ਚਲਾਉਂਦੇ ਹੋ? ਸ਼ੁਕਰੀਆ ਬਾਈ, ਧੰਨਵਾਦ ਬਾਈ, ਆਟੋ ਸਟੈਂਡ ਵਾਲੇ ਬਾਈਆਂ ਦਾ ਬਹੁਤ ਧੰਨਵਾਦ। ਨਹੀਂ ਨਹੀਂ, ਸ਼ੁਕਰੀਆ ਸ਼ੁਕਰੀਆ, ਧੰਨਵਾਦ ਬਾਈ, ਧੰਨਵਾਦ, ਜਿਉਂਦੇ ਵਾਸਤੇ ਰਹੋ ਬਾਈ। ਇਹ ਸਾਡਾ ਇੱਕ ਕੰਸੈਂਟ ਲੈਟਰ ਹੁੰਦਾ ਜੀ, ਇਹਦੇ ਉੱਤੇ ਦੋ ਗੱਲਾਂ ਲਿਖੀਆਂ ਹੁੰਦੀਆਂ। ਅੱਜ ਮਿਤੀ 10/20/24 ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਪਰਿਵਾਰ ਦੀ ਟੀਮ ਅੰਤਰਰਾਜੀ ਬੱਸ ਅੱਡਾ ਲੁਧਿਆਣਾ ਪੁੱਜੀ ਹੈ। ਸਾਡੀ ਟੀਮ ਨੂੰ ਧਰਮਿੰਦਰ ਸਿੰਘ ਵੀਰ ਵੱਲੋਂ ਜਾਣਕਾਰੀ ਦੇਣ ਤੇ ਪਤਾ ਲੱਗਦਾ ਹੈ ਕਿ ਇੱਥੇ ਲਿਖਾਂਗੇ ਅਸੀਂ ਜਿਹੜੀਆਂ ਗੱਲਾਂ ਵੀ, ਇੱਥੇ ਇੱਕ ਭੈਣ ਲਵਾਰਸ ਘੁੰਮ ਰਹੀ ਹੈ ਜੋ ਕਿ ਮੈਂਟਲੀ ਅਪਸੈਟ ਹੈ, ਜਿਹਦੀ ਕੋਈ ਉਹਨੂੰ ਆਪਣੀ ਸੋਝੀ ਨਹੀਂ, ਉਹਦੇ ਕੋਲ ਕੁਝ ਵੀ ਨਹੀਂ, ਪੂਰੇ ਕੱਪੜੇ ਵੀ ਹੈ ਨਹੀਂ ਤਨ ਤੇ, ਉਹਦਾ ਨਾਮ ਲਿਖ ਕੇ ਭੈਣ ਦੀ ਚੰਗੀ ਵਿੱਚੇ ਕਰੀ ਜਾਂਦੇ ਆ, ਚੰਗੀ ਜ਼ਿੰਦਗੀ ਤੇ ਸੇਵਾ ਸੰਭਾਲ ਲਈ ਸਾਡੀ ਮਨੁੱਖਤਾ ਦੀ ਸੇਵਾ ਟੀਮ, ਪਰਿਵਾਰ ਦੀ ਟੀਮ, ਇਹਨਾਂ ਨੂੰ ਮੌਕੇ ਤੇ ਮੌਜੂਦ ਪੰਚ ਸਰਪੰਚ ਤੇ ਮੋਹਤਵਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਣੀ ਸੰਸਥਾ ਪਿੰਡ ਹਸਨਪੁਰ ਲੁਧਿਆਣਾ ਵਿਖੇ ਲੈ ਕੇ ਜਾ ਰਹੀ ਹੈ। ਇੱਕ ਸਾਡਾ ਸਪੈਸ਼ਲ ਨੋਟ ਹੁੰਦਾ ਜੀ ਇਹ, ਸਾਡੀ ਟੀਮ ਇਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ, ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਹੈ। ਮਤਲਬ ਸਾਡਾ, ਚਲੋ ਇਹ ਤਾਂ ਭੈਣ ਬੈਠੀ ਵਿਚਾਰੀ, ਹਾਲਾਤ ਇੱਦਾਂ ਦੇ ਸੀ, ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰਾਂ 'ਚ ਕੋਠੀਆਂ 'ਚ ਬੈਠੇ ਹੁੰਦੇ ਆ, ਜ਼ਮੀਨਾਂ ਜਾਇਦਾਦਾਂ ਵਾਲੇ ਵੀ ਹੁੰਦੇ ਆ, ਅਸੀਂ ਕਿਸੇ ਦੀ ਪ੍ਰੋਪਰਟੀ ਕਲੇਮ ਨਹੀਂ ਕਰਦੇ, ਕਦੇ ਵੀ ਕੋਈ ਬੰਦਾ ਆ ਕੇ ਕੋਈ ਸਾਬਤ ਕਰ ਦੇਵੇ ਕਿਸੇ ਚੀਜ਼ ਤੋਂ, ਅਸੀਂ ਸਿਰਫ ਉਹ ਜਿਹੜੀ ਬਖਸ਼ੀ ਸੇਵਾ ਵਾਹਿਗੁਰੂ ਦੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਕਿਰਪਾ ਕਰਨ ਇਸ ਭੈਣ ਦੀ ਵੀ ਅਸੀਂ ਸੇਵਾ ਸੰਭਾਲ ਕਰ ਸਕੀਏ, ਤੇ ਜੇ ਤੁਸੀਂ ਪਹਿਚਾਣਦੇ ਹੋ ਤਾਂ ਸੰਪਰਕ ਕਰੋ, ਜੇ ਨਹੀਂ ਪਹਿਚਾਣਦੇ ਤਾਂ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਸ਼ੁਕਰੀਆ ਰਮਿੰਦਰ ਜੀ, ਅੱਗੇ ਆਪਣੀ ਮੁਲਾਕਾਤ ਪਹਿਲਾਂ, ਹਾਂ ਮੈਂ ਪਛਾਣ ਲਿਆ ਤੁਹਾਨੂੰ, ਜਦੋਂ ਤੁਸੀਂ ਆ ਕੇ ਮਿਲੇ ਮੈਂ ਪਛਾਣ ਲਿਆ।